ਸਤਿ ਸ਼੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਕਿੱਸਾਕਾਰ ਹਾਸ਼ਮ ਸ਼ਾਹ ਦੁਆਰਾ ਰਚਿਤ ਕਿੱਸੇ ਸੱਸੀ ਪੁੰਨੂ ਦੇ ਭਾਗ 3 ਦੀ ਵਿਆਖਿਆ ਕਰਨ ਜਾ ਰਹੇ ਹਾਂ। ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀਆਂ ਦੀ ਜਾਣਕਾਰੀ ਲਈ ਕਿ ਇਸ ਤੋਂ ਪਹਿਲਾਂ ਅਸੀਂ ਹਾਸ਼ਮ ਸ਼ਾਹ ਦੇ ਕਿੱਸੇ ਦੇ 2 ਭਾਗ ਪਹਿਲਾ ਅਤੇ ਭਾਗ ਦੂਜਾ ਅਪਲੋਡ ਕਰ ਚੁੱਕੇ ਹਾਂ, ਜਿਨ੍ਹਾਂ ਦੇ ਲਿੰਕ ਅੱਜ ਦੇ ਵੀਡੀਓ ਦੇ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਐਡ ਕਰ ਦਿੱਤੇ ਗਏ ਹਨ, ਤੁਸੀਂ ਦੇਖ ਸਕਦੇ ਹੋ, ਸੁਣ ਸਕਦੇ ਹੋ। ਦੂਸਰੇ ਵੀਡੀਓ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਕਿਸ ਤਰ੍ਹਾਂ ਸੱਸੀ ਨੂੰ ਜਦੋਂ ਪਤਾ ਚੱਲਦਾ ਹੈ ਕਿ ਉਸਦੇ ਸ਼ਹਿਰ ਦੇ ਵਿੱਚ ਵਪਾਰੀਆਂ ਦਾ ਇੱਕ ਕਾਫਲਾ ਆ ਕੇ ਉਤਰਿਆ ਹੈ, ਔਰ ਉਸ ਕਾਫਲੇ ਨੂੰ ਉਹ ਕੈਦ ਕਰਨ ਦਾ ਹੁਕਮ ਦੇ ਦਿੰਦੀ ਹੈ। ਕਿਉਂ? ਕਿਉਂਕਿ ਉਸਦੇ ਮਨ ਵਿੱਚ ਹੈ ਕਿ ਸ਼ਾਇਦ ਇਹ ਕਾਫਲਾ ਜੋ ਹੈ ਸ਼ਹਿਰ ਭੰਬੌਰ ਤੋਂ ਆਇਆ ਹੋਵੇ, ਔਰ ਇਸ ਕਾਫਲੇ ਦੇ ਵਿੱਚ ਪੁੰਨੂ ਜਾਂ ਉਸਦੇ ਭਰਾ ਜ਼ਰੂਰ ਹੋਣਗੇ। ਤਾਂ ਜਦੋਂ ਉਸ ਕਾਫਲੇ ਨੂੰ ਕੈਦ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਉਸ ਕਾਫਲੇ ਦੇ ਜੋ ਸਰਦਾਰ ਹਨ ਉਹ ਮਨ ਦੇ ਵਿੱਚ ਕੀ ਵਿਚਾਰਾਂ ਕਰ ਰਹੇ ਹਨ, ਉਹਨਾਂ ਦੀ ਮਨੋਸਥਿਤੀ ਨੂੰ ਬਿਆਨ ਕੀਤਾ ਹੈ ਅੱਜ ਦੀ ਵੀਡੀਓ। ਇਸ ਦੇ ਬਾਰੇ ਅਸੀਂ ਸਾਂਝੀ ਕਰਨ ਜਾ ਰਹੇ ਹਾਂ। ਹਾਸ਼ਮ ਸ਼ਾਹ ਨੇ ਲਿਖਿਆ ਹੈ ਕਿ 2 ਸਰਦਾਰ ਆਹੇ ਕੁਰਬਾਨੀ ਹਫ਼ਤ ਹਜ਼ਾਰ ਸ਼ੂਤਰ ਦੇ, ਭਾਵ ਉਸ ਕਰਵਾਨਾ ਦਾ ਜੋ ਵਪਾਰੀਆਂ ਦਾ ਜੋ ਕਾਫਲਾ ਆਇਆ ਸੀ ਉਸਦੇ ਜੋ 2 ਸਰਦਾਰ ਸਨ, ਭਾਵ ਕਾਫਲੇ ਦੀ ਅਗਵਾਈ ਕਰ ਰਹੇ, ਹਫ਼ਤ ਹਜ਼ਾਰ ਭਾਵ 7, ਹਫ਼ਤ ਤੋਂ ਭਾਵ ਹੈ 7, ਸ਼ੂਤਰ ਤੋਂ ਭਾਵ ਹੈ ਊਠ, ਭਾਵ 7 ਹਜ਼ਾਰ ਊਠਾਂ ਦਾ ਜੋ ਕਾਫਲਾ ਆਇਆ ਸੀ ਉਸ ਕਾਫਲੇ ਦੇ ਜੋ 2 ਰਹਿਨੁਮਾਈ ਜਾਂ ਕਰਨ ਵਾਲੇ ਜੋ ਸਰਦਾਰ ਸਨ ਉਹਨਾਂ ਦੇ ਨਾਮ ਸਨ ਬੱਬਣ ਨਾਮ ਬਬੀਹਾ, ਦੋਵੇਂ ਬੈਠ ਅੰਦੇਸ਼ਾ ਕਰਦੇ। ਇੱਕ ਦਾ ਨਾਮ ਬੱਬਣ ਸੀ, ਦੂਸਰੇ ਦਾ ਬਬੀਹਾ। ਇਹ ਦੋਵੇਂ ਆਪਸ ਦੇ ਵਿੱਚ ਬੈਠ ਕੇ ਅੰਦੇਸ਼ਾ ਭਾਵ ਝੂਰ ਰਹੇ ਹਨ, ਵਿਚਾਰ ਚਰਚਾ ਕਰ ਰਹੇ ਹਨ, ਸਲਾਹ ਮਸ਼ਵਰਾ ਕਰ ਰਹੇ ਹਨ ਕਿ ਪੁੰਨੂ ਬਾਜ਼ ਨਹੀਂ ਛੁਟਕਾਰਾ ਹੌਦ ਦੇਈਏ ਪਰ ਜਰ ਦੇ, ਕਿ ਇਸ ਕੈਦ ਤੋਂ ਜੋ ਸਾਨੂੰ ਦਿੱਤੀ ਗਈ ਹੈ ਇਸ ਕੈਦ ਤੋਂ ਪੁੰਨੂ ਤੋਂ ਬਿਨਾਂ, ਭਾਵ ਪੁੰਨੂ ਤੋਂ ਬਿਨਾਂ ਸਾਡਾ ਕੋਈ ਵੀ ਛੁਟਕਾਰਾ ਨਹੀਂ ਕਰਵਾ ਸਕਦਾ, ਮੁਕਤੀ ਸੰਭਵ ਨਹੀਂ ਹੈ। ਹੌਦ ਦੇਈਏ ਜਰ ਭਰ ਦੇ, ਭਾਵੇਂ ਅਸੀਂ ਕਿੰਨੇ ਵੀ ਵੱਡੇ ਦੌਲਤਮੰਦ ਹਾਂ, ਵਪਾਰੀ ਹਾਂ, ਭਾਵੇਂ ਅਸੀਂ ਹੌਦ ਵੱਡੇ ਵੱਡੇ ਹੌਦ ਜਿਹੜੇ ਨੇ ਉਹ ਜਰ ਤੋਂ ਭਾਵ ਹੈ ਧਨ ਦੌਲਤ 'ਤੇ ਹੌਦ ਭਰ ਭਰ ਕੇ ਅੰਬਾਰ ਲਾ ਦੇਈਏ, ਢੇਰ ਲਾ ਦੇਈਏ, ਦੌਲਤ ਦਾ ਲਾਲਚ ਦੇ ਕੇ ਭਾਵ ਮੁਕਤ ਹੋਣ ਦੀ ਕੋਸ਼ਿਸ਼ ਕਰੀਏ, ਇਹ ਸੰਭਵ ਨਹੀਂ ਹੋ ਸਕਣਾ। ਸਾਨੂੰ ਇਸ ਜੋ ਕੈਦ ਤੋਂ ਮੁਕਤੀ ਸਿਰਫ ਪੁੰਨੂ ਹੀ ਕਰਵਾ ਸਕਦਾ ਹੈ। ਹਾਸ਼ਮ ਜ਼ੋਰ ਕਿਹਾ ਪਰ ਮੁਲਕੀ ਮਾਣ ਹੋਵੇ ਵਿੱਚ ਕਰ ਦੇ। ਇਸ ਸਤਰ ਦੇ ਵਿੱਚ ਹਾਸ਼ਮ ਸ਼ਾਹ ਨੇ ਇੱਕ ਤੱਥ ਨੂੰ, ਇੱਕ ਸੱਚਾਈ ਨੂੰ ਬਿਆਨ ਕੀਤਾ ਹੈ ਕਿ ਹਾਸ਼ਮ ਜ਼ੋਰ ਕਿਹਾ ਪਰ ਮੁਲਕੀ, ਕਿ ਉਹ ਮਨ ਹੀ ਮਨ ਸੋਚ ਰਹੇ ਹਨ, ਕੌਣ? ਜੋ ਬੱਬਣ ਅਤੇ ਬੰਬੀਹਾ ਨਾਮ ਦੇ 2 ਸਰਦਾਰ ਹਨ, ਕਿ ਬਗਾਨੇ ਮੁਲਕਾਂ ਦੇ ਵਿੱਚ ਕੋਈ ਜ਼ੋਰ ਨਹੀਂ ਹੁੰਦਾ, ਕੋਈ ਚਾਰਾ ਨਹੀਂ ਹੁੰਦਾ, ਕੋਈ ਮਨੁੱਖ ਦਾ ਵੱਸ ਨਹੀਂ ਚੱਲਦਾ, ਮਾਣ ਹੋਵੇ ਵਿੱਚ ਕਰਦੇ, ਭਾਵ ਆਪਣੇ ਦੇਸ਼ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਮਨੁੱਖ ਦਾ ਇੱਜ਼ਤ ਮਾਣ ਅਤੇ ਸਤਿਕਾਰ ਹੁੰਦਾ ਹੈ। ਕਿਉਂਕਿ ਭਾਵੇਂ ਕੋਈ ਕਿੰਨਾ ਵੀ ਦੌਲਤਮੰਦ ਹੋਵੇ, ਜਿੱਥੇ ਕੋਈ ਕਦਰ ਨਾ ਹੋਵੇ ਉੱਥੇ ਜੋ ਜਿੱਥੇ ਕੋਈ ਜਾਣਦਾ ਨਾ ਹੋਵੇ ਉੱਥੇ ਕੋਈ ਕਦਰ ਨਹੀਂ ਹੋ ਸਕਦੀ, ਭਾਵ ਉਹ ਇਸ ਸ਼ਹਿਰ ਦੇ ਵਿੱਚ ਬਿਲਕੁਲ ਉਪਰੇ ਹਨ, ਅਣਜਾਣ ਹਨ, ਭਾਵੇਂ ਉਹ ਕਿੰਨੇ ਵੀ ਦੌਲਤਮੰਦ ਹਨ ਪਰ ਉਹਨਾਂ ਨੂੰ ਕੈਦ ਕਰ ਲਿਆ ਗਿਆ ਹੈ। ਇਸ ਲਈ ਉਹ ਮਨ ਹੀ ਮਨ ਸਲਾਹਾਂ ਸੋਚ ਰਹੇ ਹਨ, ਝੂਰ ਰਹੇ ਹਨ ਕਿ ਮਾਣ ਇੱਜ਼ਤ ਸਤਿਕਾਰ ਜੋ ਹੈ ਆਪਣੇ ਹੀ ਘਰ ਆਪਣੇ ਹੀ ਦੇਸ਼ ਦੇ ਵਿੱਚ ਹੋ ਸਕਦਾ ਹੈ, ਮਨੁੱਖ ਦਾ ਪਰਾਏ ਮੁਲਕ ਦੇ ਵਿੱਚ ਕੋਈ ਵੀ ਸਤਿਕਾਰ ਨਹੀਂ ਕਰਦਾ। ਕੇਚਮ ਸ਼ਹਿਰ ਗਏ ਕਰ ਧਾਈ ਹੋਤ ਅਲੀ ਦਰਬਾਰੇ। ਇਸ ਤੋਂ ਬਾਅਦ ਫਿਰ, ਕਿਉਂਕਿ ਇਹ ਸਾਰੀ ਜੋ
ਪੁਸਤਕ ਦੇ ਵਿੱਚ ਜਿੰਨੇ ਵੀ ਇਹ ਕਾਵਬੰਧ ਹਨ ਇਹ ਲਗਾਤਾਰ ਨਹੀਂ ਹਨ, ਵਿੱਚੋਂ ਵਿੱਚੋਂ ਜੋ ਮਹੱਤਵਪੂਰਨ ਕਾਵਬੰਧ ਸਨ ਉਹ ਸਿਲੇਬਸ ਦੇ ਵਿੱਚ ਸ਼ਾਮਿਲ ਕੀਤੇ ਗਏ ਹਨ। ਇਸ ਲਈ ਫਿਰ ਜਦੋਂ ਉਹਨਾਂ ਨੂੰ ਉੱਥੋਂ ਮੁਕਤੀ ਮਿਲਦੀ ਹੈ ਤਾਂ ਕੇਚਮ ਸ਼ਹਿਰ ਗਏ ਕਰਤਾਈ ਹੋਤ ਅਲੀ ਦਰਬਾਰੇ, ਉਹ ਉਸੇ ਟਾਈਮ ਕੇਚਮ ਸ਼ਹਿਰ ਵੱਲ ਨੂੰ ਧਾਈ ਕਰਕੇ ਜਾਂਦੇ ਹਨ, ਕਿਉਂਕਿ ਸਲਾਹ ਕਰਕੇ ਜਾਂਦੇ ਹਨ ਸੱਸੀ ਨਾਲ ਜਾਂ ਉਸਦੇ ਦਰਬਾਰੀਆਂ ਦੇ ਨਾਲ ਕਿ ਉਹ ਜਾ ਕੇ ਉਸ ਸ਼ਹਿਰ ਦੇ ਵਿੱਚੋਂ ਪੁੰਨੂ ਨੂੰ ਭੇਜਣ ਦਾ ਕੋਈ ਨਾ ਕੋਈ ਇੰਤਜ਼ਾਮ ਕਰਨਗੇ। ਅਤੇ ਜਦੋਂ ਹੀ ਉਹ ਕੇਚਮ ਸ਼ਹਿਰ ਪੁੱਜ ਜਾਂਦੇ ਹਨ ਇੱਥੋਂ ਛੁਟਕਾਰਾ ਹੁੰਦਾ ਹੈ ਅਤੇ ਧਾਈ ਵਾਹੋ ਧਾਈ ਭਾਵ ਬੜੀ ਤੇਜ਼ੀ ਦੇ ਨਾਲ ਕੇਚਮ ਸ਼ਹਿਰ ਵੱਲੋਂ ਵੱਧਦੇ ਹੋਏ ਉੱਥੇ ਪੁੱਜ ਜਾਂਦੇ ਹਨ ਅਤੇ ਹੋਤ ਅਲੀ ਜੋ ਪੁੰਨੂ ਦੇ ਪਿਤਾ ਹਨ ਹੋਤ ਅਲੀ ਉਹਨਾਂ ਦੇ ਦਰਬਾਰ ਦੇ ਵਿੱਚ ਜਾ ਕੇ ਰੋ ਰੋ ਕੂਕ ਸੁਣਾਵਣ ਹਾਲਤ ਜਾਏ ਬਲੋਚ ਪੁਕਾਰੇ ਅਤੇ ਰੋ ਰੋ ਕੇ ਭਾਵ ਬੜੀ ਕਰੁਣਾਮਈ ਸਥਿਤੀ ਦੇ ਵਿੱਚ ਆਪਣੀ ਹਾਲਾਤ ਨੂੰ ਆਪਣੇ ਨਾਲ ਵਾਪਰੀ ਘਟਨਾ ਨੂੰ ਬਿਆਨ ਕਰ ਰਹੇ ਹਨ, ਸੁਣਾ ਰਹੇ ਹਨ ਜਾਏ ਬਲੋਚ ਪੁਕਾਰੇ ਅਤੇ ਜਾ ਕੇ ਉਹਨੇ ਬਲੋਚਾਂ ਨੂੰ ਉਹਨਾਂ ਨੇ ਪੁਕਾਰਿਆ ਭਾਵ ਦੱਸ ਰਹੇ ਹਨ ਆਪਣੇ ਮਨ ਦੀ ਸਥਿਤੀ ਜਿਹੜੀ ਹੈ ਆਪਣਿਆਂ ਨੂੰ ਬੋਲ ਬੋਲ ਕੇ। ਸ਼ਹਿਰ ਪੰਬੋਰ ਬਲੋਚ ਸੱਸੀ ਨੇ ਕੈਦ ਕੀਤੇ ਵੱਲ ਸਾਰੇ ਕੀ ਉਹਨਾਂ ਨੂੰ ਦੱਸ ਰਹੇ ਹਨ, ਪੁਕਾਰ ਰਹੇ ਹਨ ਭਾਵ ਉਹਨਾਂ ਨੂੰ ਆਪਣੇ ਦੁੱਖ ਦੀ ਆਪਣੀ ਮਾਨਸਿਕ ਸਥਿਤੀ ਦਾ ਬਿਆਨ ਕਰ ਰਹੇ ਹਨ ਉਹਨਾਂ ਦੇ ਕੋਲ ਕਿ ਸ਼ਹਿਰ ਪੰਬੋਰ ਬਲੋਚ ਸੱਸੀ ਨੇ ਕਿ ਸ਼ਹਿਰ ਪੰਬੋਰ ਦੇ ਵਿੱਚ ਜੋ ਬਲੋਚਾਂ ਦੀ ਸੱਸੀ ਹੈ ਕੈਦ ਕੀਤੋ ਵੱਲ ਸਾਰੇ ਕਿ ਉਹਨਾਂ ਨੇ ਉਹਨਾਂ ਦੇ ਸਾਰੇ ਕਾਫਲੇ ਨੂੰ ਵਲ ਕੇ ਘੇਰ ਕੇ ਕੈਦ ਕਰ ਲਿਆ ਹੈ, ਆਪਣਾ ਗੁਲਾਮ ਬਣਾ ਲਿਆ ਹੈ। ਹਾਸ਼ਮ ਬਾਜ਼ ਪੁੰਨੂ ਨਹੀਂ ਛੁੱਟਦੇ ਕੈਦ ਰਹਿਣ ਜੁਗ ਚਾਰੇ। ਕਵੀ ਕਹਿ ਰਿਹਾ ਹੈ ਕਿ ਜੋ ਕਾਫਲੇ ਦੇ ਸਰਦਾਰ ਹਨ ਉਹ ਕੇਚਮ ਸ਼ਹਿਰ ਦੇ ਵਿੱਚ ਹੋਤ ਅਲੀ ਦੇ ਦਰਬਾਰ ਵਿੱਚ ਜਾ ਕੇ ਦੱਸਦੇ ਹਨ ਆਪਣੀ ਰਾਮ ਕਹਾਣੀ ਕਿ ਸੱਸੀ ਪੰਬੋਰ ਸ਼ਹਿਰ ਦੀ ਜੋ ਸ਼ਹਿਜ਼ਾਦੀ ਹੈ ਉਹਨਾਂ ਨੇ ਉਸਦੇ ਸਾਰੇ ਕਾਫਲੇ ਨੂੰ ਕੈਦ ਕਰ ਲਿਆ ਹੈ ਔਰ ਪੁੰਨੂ ਤੋਂ ਬਿਨਾਂ ਉੱਥੋਂ ਮੁਕਤੀ ਦਾ ਕੋਈ ਵੀ ਹੱਲ ਨਹੀਂ ਹੈ। ਪੁੰਨੂ ਤੋਂ ਬਿਨਾਂ ਮੁਕਤੀ ਹੋ ਹੀ ਨਹੀਂ ਸਕਣੀ ਭਾਵੇਂ ਉੱਥੇ ਚਾਰ ਯੁੱਗਾਂ ਤੱਕ ਪਾਵੇ ਭਾਵ ਕਿੰਨਾ ਵੀ ਲੰਮਾ ਸਮਾਂ ਉੱਥੇ ਕੈਦ ਦੇ ਵਿੱਚ ਰਹਿਣਾ ਪਵੇ। ਸਾਫ ਜਵਾਬ ਲਿਆ ਕਰਵਾਨਾ ਫਿਰ ਪੁੰਨੂ ਵੱਲ ਤਾਏ, ਪਰ ਜੋ ਪੁੰਨੂ ਦਾ ਪਿਤਾ ਹੈ ਹੋਤ ਅਲੀ ਉਹ ਉਹਨਾਂ ਕਰਵਾਨਾਂ ਨੂੰ ਉਹਨਾਂ ਵਪਾਰੀਆਂ ਨੂੰ ਜੋ ਹੈ ਸਾਫ ਜਵਾਬ ਦੇ ਦਿੰਦਾ ਹੈ ਭਾਵ ਮਨ੍ਹਾ ਕਰ ਦਿੰਦਾ ਹੈ, ਸਿਰ ਫੇਰ ਦਿੰਦਾ ਹੈ ਕਿਹਨਾਂ ਨੂੰ ਉਹਨਾਂ ਵਪਾਰੀਆਂ ਨੂੰ। ਫਿਰ ਪੁੰਨੂ ਵੱਲ ਆਏ ਭਾਵ ਹੋਤ ਅਲੀ ਪੁੰਨੂ ਦਾ ਪਿਤਾ ਪੁੰਨੂ ਨੂੰ ਕਰਵਾਨਾ ਦੇ ਕਾਫਲੇ ਦੇ ਨਾਲ ਭੇਜਣ ਤੋਂ ਇਨਕਾਰੀ ਹੋ ਜਾਂਦਾ ਹੈ ਅਤੇ ਉਸ ਤੋਂ ਜਵਾਬ ਲੈ ਕੇ ਉਹ ਪੁੰਨੂ ਵੱਲ ਆ ਜਾਂਦੇ ਹਨ, ਪੁੰਨੂ ਕੋਲ ਆਉਂਦੇ ਹਨ। ਸੂਰਤ ਨਕਸ਼ ਨਿਗਾਰ ਸੱਸੀ ਦੇ ਘਰ ਤਾਰੀਫ ਸੁਣਾਏ ਅਤੇ ਪੁੰਨੂ ਦੇ ਕੋਲ ਆ ਕੇ ਸੱਸੀ ਜੋ ਹੈ ਉਸਦੇ ਸੂਰਤ ਨਕਸ਼ ਭਾਵ ਉਸਦੇ ਜੋ ਸੂਰਤ ਹੈ ਭਾਵ ਉਸਦੀ ਬਾਹਰੀ ਦਿੱਖ ਜੋ ਹੈ ਉਸਦੇ ਨਕਸ਼ ਜੋ ਹਨ ਉਹਨਾਂ ਦੀ ਸੁੰਦਰਤਾ ਨੂੰ ਉਸਦੀ ਖੂਬਸੂਰਤੀ ਨੂੰ ਬਿਆਨ ਕਰਦੇ ਹੋਏ ਸੱਸੀ ਦੀਆਂ ਤਾਰੀਫਾਂ ਕਰ ਰਹੇ ਹਨ, ਤਾਰੀਫਾਂ ਦੇ ਪੁਲ ਬਣ ਰਹੇ ਹਨ, ਉਸਦੀਆਂ ਵਡਿਆਈਆਂ ਕਰ ਰਹੇ ਹਨ ਇੱਕ ਤਰ੍ਹਾਂ ਦੇ ਨਾਲ ਪੁੰਨੂ ਨੂੰ ਭਰਮਾਉਣ ਦੇ ਲਈ ਕਿ ਕਿਸੇ ਤਰ੍ਹਾਂ ਪੁੰਨੂ ਉਹਨਾਂ ਦੇ ਨਾਲ ਤੁਰ ਪਵੇ। ਆਇਲ ਇਸ਼ਕ ਤੁਹਾਡੇ ਹਰਦਮ ਨੀਂਦਰ ਚਸ਼ਮਾ ਲਾਏ ਅਤੇ ਦੱਸਦੇ ਹਨ ਕਿ ਆਇਲ ਇਸ਼ਕ ਤੁਹਾਡੇ ਹਰਦਮ ਕਿ ਉਹ ਤੁਹਾਡੇ ਇਸ਼ਕ ਦੇ ਵਿੱਚ ਜੋ ਘਾਇਲ ਹੈ ਭਾਵ ਜ਼ਖਮੀ ਹੋ ਚੁੱਕੀ ਹੈ, ਨੀਂਦਰ ਚਸ਼ਮ ਨਾ ਲਾਏ ਉਸਦੇ ਨੈਣਾਂ ਦੇ ਵਿੱਚੋਂ ਨੀਂਦ ਗਾਇਬ ਹੋ ਚੁੱਕੀ ਹੈ। ਹਾਸ਼ਮ ਖਾਤਰ ਮਿਲਣ ਤੋਂ ਸਾਡੇ ਕੈਦ ਬਲੋਚ ਕਰਾਏ, ਇਸ ਲਈ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਉਹ ਕਾਫਲੇ ਦੇ ਸਰਦਾਰ ਪੁੰਨੂ ਨੂੰ ਦੱਸ ਰਹੇ ਹਨ ਕਿ ਉਹ ਸਿਰਫ ਤੁਹਾਨੂੰ ਭਾਵ ਪੁੰਨੂ ਨੂੰ ਮਿਲਣ ਦੇ ਲਈ ਉਸਨੇ ਸਾਰੇ ਬਲੋਚਾਂ ਦੇ ਕਾਫਲੇ ਨੂੰ ਕੈਦ ਕਰਕੇ ਆਪਣੀ ਕੈਦ ਦੇ ਵਿੱਚ ਬੰਦ ਕਰ ਦਿੱਤਾ ਹੈ।
ਆਪਣਾ ਗੁਲਾਮ ਬਣਾ ਰਿਹਾ ਹੈ ਔਰ ਮੁਕਤ ਕਰਨ ਦਾ ਕੋਈ ਵੀ ਉਸਦਾ ਇਰਾਦਾ ਨਹੀਂ ਹੈ ਜਦ ਤੱਕ ਪੁੰਨੂ ਦੇ ਦੀਦਾਰ ਨਹੀਂ ਹੋ ਜਾਂਦੇ। ਸੁਣ ਤਾਰੀਫ ਹੋਇਆ ਦਿਲ ਆਇਲ ਰੁਮਕੀ ਵਾਓ ਪਿਰਮ ਦੀ, ਜਦੋਂ ਕੁਦਰਤੀ ਗੱਲ ਹੈ ਕਿ ਕੋਈ ਇੰਨੀ ਤਾਰੀਫ ਕਰੇਗਾ। ਸੋ ਪੁੰਨੂ ਨੇ ਜਦੋਂ ਸੱਸੀ ਦੀ ਇੰਨੀ ਤਾਰੀਫ ਸੁਣੀ ਤਾਂ ਉਹ ਵੀ ਜੋ ਹੈ ਇੱਕ ਤਰ੍ਹਾਂ ਦੇ ਨਾਲ ਮੋਹਿਆ ਗਿਆ, ਉਸਦੇ ਹਿਰਦੇ ਦੇ ਵਿੱਚ ਵੀ ਇੱਕ ਪ੍ਰੇਮ ਦੀ ਵਾਓ ਭਾਵ ਚਿੰਗਾਰੀ ਮਗਦੀ ਹੈ। ਕੋਈ ਕੌਣ ਕੋਈ ਦਿਲ ਰਹਿਸ ਟਿਕਾਣੇ ਦਹਿਸ਼ਤ ਤੇਗ ਅਲਮ ਦੀ, ਕਵੀ ਕਹਿ ਰਿਹਾ ਹੈ ਕਿ ਕੌਣ ਹੈ ਜਿਹੜਾ ਕਿਸੇ ਦੀ ਇੰਨੀ ਖੂਬਸੂਰਤੀ ਨੂੰ ਸੁਣ ਕੇ ਆਪਣੇ ਦਿਲ ਨੂੰ ਵਸ ਵਿੱਚ ਰੱਖ ਸਕਦਾ ਹੈ। ਭਾਵ ਪੁੰਨੂ ਜੋ ਹੈ ਸੱਸੀ ਦੇ ਸੁਹੱਪਣ ਦੀ ਉਸਤਤ ਅਤੇ ਉਸਦੀ ਖੂਬਸੂਰਤੀ ਦੀਆਂ ਤਾਰੀਫਾਂ ਸੁਣ ਕੇ ਜੋ ਹੈ ਉਸਦਾ ਦਿਲ ਵਸ ਵਿੱਚ ਨਹੀਂ ਰਹਿੰਦਾ ਔਰ ਉਸਨੂੰ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਵੀ ਕਹਿ ਰਿਹਾ ਕਿ ਕੌਣ ਕੋਈ, ਜੇਕਰ ਕਿਸੇ ਦੇ ਕੋਲ ਇੰਨੀ ਸੁਹੱਪਣ ਦੀ ਤਾਰੀਫ ਕੀਤੀ ਜਾਵੇ ਤਾਂ ਕੋਈ ਵੀ ਸ਼ਾਇਦ ਆਪਣੇ ਦਿਲ ਵਿੱਚ ਨੂੰ ਵਸ ਵਿੱਚ ਨਾ ਰੱਖ ਸਕੇ। ਔਰ ਜਦੋਂ ਪੁੰਨੂ ਨੂੰ ਇਹ ਪਤਾ ਚੱਲਿਆ ਕਿ ਸੱਸੀ ਜੋ ਹੈ ਉਸਦੇ ਦੀਦਾਰ ਦੇ ਲਈ ਇਸ ਤਰ੍ਹਾਂ ਕਾਫਲੇ ਨੂੰ ਉਸਨੇ ਆਪਣੀ ਕੈਦ ਦੇ ਵਿੱਚ ਬੰਦ ਕਰ ਲਿਆ ਹੈ ਤਾਂ ਉਸ ਨੂੰ ਵੀ ਲੱਗਦਾ ਹੈ ਕਿ ਜਿਵੇਂ ਦਹਿਸ਼ਤ ਤੇਗ ਅਲਮ ਦੀ, ਭਾਵ ਉਸਨੂੰ ਵੀ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਹ ਜਨਮਾਂ ਜਮਾਂਤਰਾਂ ਤੋਂ ਵਿਛੜਿਆ ਹੋਇਆ ਹੈ ਔਰ ਉਹ ਵਿਛੋੜੇ ਦੀ ਅਗਨੀ ਜਿਹੜੀ ਹੈ ਉਸਦੀ ਤੇਗ ਨੂੰ, ਭਾਵ ਇੰਨੀ ਜੋ ਹੈ ਦੁਖਦਾਈ ਸਥਿਤੀ ਨੂੰ ਭੋਗਣ ਦੇ ਲਈ ਉਹ ਵੀ ਤਿਆਰ ਨਹੀਂ ਹੈ। ਸ਼ਹਿਰ ਭੰਬੋਰ ਪੁੰਨੂ ਦਿਲ ਵਸਿਆ, ਇਸ ਤਰ੍ਹਾਂ ਪੁੰਨੂ ਦੇ ਹਿਰਦੇ ਦੇ ਵਿੱਚ ਵੀ ਸ਼ਹਿਰ ਭੰਬੋਰ ਵਸ ਜਾਂਦਾ ਹੈ, ਭਾਵ ਉੱਥੋਂ ਦੀ ਸ਼ਹਿਜ਼ਾਦੀ ਪੁੰਨੂ ਔਰ ਉਸਦਾ ਸ਼ਹਿਰ ਜੋ ਹੈ ਉਹੀ ਉਸਦੇ ਖਿਆਲਾਂ ਦੇ ਵਿੱਚ ਘੁੰਮਣ ਲੱਗਦਾ ਹੈ ਵਿਸਰੀ ਸੂਰਤ ਕਿਸਮ ਦੀ। ਅਤੇ ਹੁਣ ਜੋ ਹੈ ਉਸਨੂੰ ਆਪਣੇ ਸ਼ਹਿਰ ਵਿਸਰ ਗਿਆ, ਭਾਵ ਭੁੱਲ ਗਿਆ ਹੈ ਕਿ ਆਪਣਾ ਸ਼ਹਿਰ ਕੇਚਮ ਜਿੱਥੋਂ ਦਾ ਉਹ ਵਸਨੀਕ ਸੀ, ਭਾਵ ਉਹ ਵਰਤਮਾਨ ਦੇ ਵਿੱਚ ਜੋ ਹੈ ਆਪਣੇ ਆਪ ਨੂੰ ਕੇਚਮ ਵਿੱਚ ਦੇ ਸ਼ਹਿਰ ਵਿੱਚ ਮਹਿਸੂਸ ਕਰਨ ਦੀ ਥਾਵੇਂ ਸ਼ਹਿਰ ਭੰਬੋਰ ਦੇ ਵਿੱਚ ਵਿਚਰਦਾ ਹੋਇਆ ਮਹਿਸੂਸ ਕਰ ਰਿਹਾ ਹੈ। ਹਾਸ਼ਮ ਵਾਓ ਲੱਗੀ ਉੱਠ ਚਮਕੀ ਆਤਸ ਜਰਮ ਕਰਮ ਦੀ, ਅਤੇ ਹਾਸ਼ਮ ਸ਼ਾਹ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਜੋ ਪਿਆਰ ਦੀ ਪੌਣ ਜਿਹੜੀ ਹੈ ਹਵਾ ਉਸਦੇ ਹਿਰਦੇ ਦੇ ਵਿੱਚ ਵੀ ਰੁਮਕ ਚੁੱਕੀ ਹੈ। ਆਸ਼ਮ ਵਾਓ ਲੱਗੀ ਉੱਠ ਚਮਕੀ ਆਤਸ ਜਰਮ ਕਰਮ ਦੀ, ਅਤੇ ਪੁੰਨੂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਇਹ ਪ੍ਰੇਮ ਦੀ ਅਗਨੀ ਜਿਹੜੀ ਹੈ ਇਹ ਕੋਈ ਇਸ ਜਨਮ ਦਾ ਨਹੀਂ ਸਗੋਂ ਕੋਈ ਇਹ ਕੋਈ ਪਿਛਲੇ ਜਨਮਾਂ ਦਾ ਜਾਂ ਪਿਛਲੇ ਕਰਮਾਂ ਦਾ ਫਲ ਹੈ ਜੋ ਉਸਨੂੰ ਹੁਣ ਮਿਲ ਰਿਹਾ ਹੈ। ਸ਼ੂਤਰ ਸਵਾਰ ਪੁੰਨੂ ਉੱਠ ਤੁਰਿਆ ਪ੍ਰੇਮ ਜੜੀ ਸੁਰ ਪਾਈ, ਇਸ ਤਰ੍ਹਾਂ ਸ਼ੂਤਰ ਉਸੇ ਵਕਤ ਆਪਣੇ ਸ਼ੂਤਰ ਭਾਵ ਊਠ 'ਤੇ ਸਵਾਰ ਹੋ ਕੇ ਪੁੰਨੂ ਉਹਨਾਂ ਦੇ ਨਾਲ ਤੁਰ ਪੈਂਦਾ ਹੈ। ਲੱਗਦਾ ਹੈ ਕਿ ਪ੍ਰੇਮ ਜੜੀ ਸਿਰ ਪਾਈ, ਕਿਸੇ ਨੇ ਉਸਦੇ ਸਿਰ ਦੇ ਵਿੱਚ ਪ੍ਰੇਮ ਦੀ ਬੂਟੀ ਜਿਹੜੀ ਆ ਉਹ ਘੋਲ ਕੇ ਪਾ ਦਿੱਤੀ ਹੋਵੇ। ਰਾਤ ਗੁਬਾਰ ਚੁਰਾਏ ਪੁੰਨੂ ਨੇ ਚੋਰ ਲਏ ਕਰਤਾਈ, ਅਤੇ ਰਾਤ ਦੇ ਹਨੇਰੇ, ਰਾਤ ਗੁਬਾਰ ਭਾਵ ਰਾਤ ਦੇ ਹਨੇਰੇ ਦੇ ਵਿੱਚ ਹੀ ਪੁੰਨੂ ਜੋ ਹੈ ਉਸਨੂੰ ਇਸ ਤਰ੍ਹਾਂ ਚੁਰਾ ਕੇ ਲੈ ਜਾਣ ਦਾ ਜੋ ਸਕੀਮਾਂ ਬਣਾ ਰਹੇ ਨੇ ਉਹ ਵਪਾਰੀ ਕਾਫਿਲੇ ਵਾਲੇ, ਜਿਵੇਂ ਚੋਰ ਜਿਹੜੇ ਨੇ ਰਾਤ ਦੇ ਹਨੇਰੇ ਦਾ ਆਸਰਾ ਲੈ ਕੇ ਆਪਣੀ ਵਾਰਦਾਤ ਕਰਨ ਦੇ ਲਈ ਤਿਆਰ ਹੋ ਜਾਂਦੇ ਨੇ। ਪਲਕ ਆਰਾਮ ਨਾ ਵਾਂਗ ਬਿਸਤਰ ਗਾਂ ਰਿਜ਼ਕ ਮੁਹਾਰ ਉਠਾਈ, ਕਵੀ ਕਹਿ ਰਿਹਾ ਹੈ ਕਿ ਪਲਕ ਆਰਾਮ ਕਿ ਹੁਣ ਜੋ ਹੈ ਪੁੰਨੂ ਨੂੰ ਜਾਂ ਉਹਨਾਂ ਕਾਫਲੇ ਵਾਲਿਆਂ ਨੂੰ ਇੱਕ ਪਲਕ ਵੀ ਜੋ ਹੈ ਆਪਣੇ ਘਰ ਆਪਣੇ ਬਿਸਤਰ 'ਤੇ ਆਰਾਮ ਮਹਿਸੂਸ ਨਹੀਂ ਹੋ ਰਿਹਾ। ਰਿਜ਼ਕ ਮੁਹਾਰ ਉਠਾਈ, ਲੱਗਦਾ ਹੈ ਕਿ ਰਿਜ਼ਕ ਭਾਵ ਦਾਣਾ ਪਾਣੀ ਖਾਣਾ ਪਾਣੀ ਜਿਹੜਾ ਹੈ ਉਹਨਾਂ ਦਾ ਉਸ ਦੇਸ਼ ਉਸ ਸ਼ਹਿਰ ਕੇਚਮ ਦੇ ਵਿੱਚੋਂ ਖਤਮ ਹੋ ਚੁੱਕਿਆ ਹੈ। ਹਾਸ਼ਮ ਵੇਖ ਨਸੀਬ ਬਲੋਚਾਂ ਪਾਏ ਪਈ ਬੁਰਿਆਈ, ਅਤੇ ਹਾਸ਼ਮ ਸ਼ਾਹ ਕਹਿ ਰਿਹਾ ਕਿ ਦੇਖੋ ਭਾਵ ਜੋ ਇਸ ਨੂੰ
ਪ੍ਰੀਤ ਸੰਬੰਧ ਨੂੰ ਜੋ ਹੈ ਕਵੀ ਨੇ ਕੋਈ ਪਿਛਲੇ ਜਨਮਾਂ ਦਾ ਦੇ ਨਾਲ ਜੋੜ ਕੇ ਇਸ ਤਰ੍ਹਾਂ ਦਾ ਜੋ ਹੈ ਇਸ ਦਾ ਪ੍ਰਭਾਵ ਪਾਉਣ ਦੀ ਪਾਉਣਾ ਦੱਸਿਆ ਹੈ ਜਾਂ ਪ੍ਰਭਾਵ ਪਾਇਆ ਹੈ ਕਿ ਹਾਸ਼ਮ ਵੇਖ ਨਸੀਬ ਬਲੋਚਾਂ ਕਿ ਦੇਖੋ ਉਹਨਾਂ ਬਲੋਚਾਂ ਦੇ ਭਾਵ ਪੁੰਨੂ ਦੇ ਖਾਨਦਾਨ ਦੇ ਜੋ ਕਬੀਲਾ ਹੈ ਜਾਂ ਪੁੰਨੂ ਦੇ ਭਰਾ ਨੇ ਜਾਂ ਪੁੰਨੂ ਦਾ ਵੰਸ਼ ਹੈ ਉਹਨਾਂ ਦੇ ਲੇਖ ਵੇਖੋ ਕਿ ਪਾਏ ਪਈ ਬੁਰਿਆਈ ਕਿ ਘਰ ਬੈਠਿਆਂ ਨੂੰ ਹੀ ਉਹਨਾਂ ਦੇ ਹਿੱਸੇ ਬੁਰਿਆਈ ਆਉਣੀ ਸੀ ਅਤੇ ਕਿਸ ਤਰ੍ਹਾਂ ਨਾ ਉਹਨਾਂ ਨੂੰ ਕਿਸੇ ਗੱਲ ਦੀ ਸੁਰਤ ਸੀ ਨਾ ਖਬਰਸਾਰ ਸੀ ਕਿਸ ਤਰ੍ਹਾਂ ਨਾ ਉਹ ਸੱਸੀ ਨੂੰ ਜਾਣਦੇ ਸਨ ਨਾ ਉਸਦੇ ਸ਼ਹਿਰ ਦੇ ਨਾਲ ਜੋ ਹੈ ਉਹਨਾਂ ਦਾ ਕੋਈ ਇੰਨਾ ਲੰਮਾ ਚੌੜਾ ਸੰਬੰਧ ਸੀ ਅਤੇ ਕਿਉਂਕਿ ਬੁਰਿਆਈ ਜਿਹੜੀ ਸੀ ਉਹਨਾਂ ਦੇ ਹਿੱਸੇ ਆਉਣੀ ਸੀ ਅਤੇ ਕਿਸ ਤਰ੍ਹਾਂ ਉਹ ਬੁਰਿਆਈ ਜਿਹੜੀ ਹੈ ਚੱਲ ਕੇ ਉਹਨਾਂ ਦੇ ਕੋਲ ਉਹਨਾਂ ਨੂੰ ਉਸ ਰਸਤੇ 'ਤੇ ਚੱਲਣ ਦੇ ਲਈ ਮਜਬੂਰ ਕਰ ਰਹੀ ਹੈ। ਸ਼ਹਿਰ ਭੰਬੋਰ ਪਇਓ ਨੇ ਨਜ਼ਰੀ ਆਹਾ ਵਕਤ ਸਵੇਰਾ। ਕਵੀ ਕਹਿ ਰਿਹਾ ਕਿ ਇਸ ਤਰ੍ਹਾਂ ਪੁੰਨੂ ਜਾਂ ਉਸਦੇ ਖਾਨਦਾਨ ਦੇ ਹਿੱਸੇ ਜੋ ਬਦਨਾਮੀ ਲਿਖੀ ਹੋਈ ਸੀ ਜੋ ਉਸ ਦੇ ਵਸ ਉਸ ਦੇ ਵਿੱਚ ਫਸਿਆ ਹੋਇਆ ਜਾਂ ਫਾਇਆ ਹੋਇਆ ਜਾਂ ਉਸ ਡੋਰ ਦੇ ਵਿੱਚ ਬੱਝਿਆ ਹੋਇਆ ਜਾਂ ਪੁੰਨੂ ਉਸੇ ਵਕਤ ਉਹਨਾਂ ਕਾਫਲੇ ਦੇ ਸਰਦਾਰਾਂ ਦੇ ਨਾਲ ਤੁਰ ਪੈਂਦਾ ਹੈ। ਸ਼ਹਿਰ ਭੰਬੋਰ ਪਇਓ ਨੇ ਨਜ਼ਰੀ ਆਹਾ ਵਕਤ ਸਵੇਰਾ ਅਤੇ ਰਾਤੋ ਰਾਤ ਉਹ ਸ਼ਹਿਰ ਭੰਬੋਰ ਤੱਕ ਦਾ ਜੋ ਪੰਧ ਹੈ ਲੰਬਾ ਸਫ਼ਰ ਹੈ ਉਹ ਮੁਕਾ ਲੈਂਦੇ ਹਨ ਅਤੇ ਦਿਨ ਚੜ੍ਹਦੇ ਨੂੰ ਸਵੇਰੇ 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 ਦਾ ਵਕਤ ਹੈ ਜਦੋਂ ਉਹਨਾਂ ਨੂੰ ਦੂਰੋਂ ਸ਼ਹਿਰ ਭੰਬੋਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਨਾਲ ਪਿਆਰ ਕੀਤੋ ਨੇ ਕਰਹਾ ਚੁਸਤ ਚਲਾਕ ਵਧੇਰਾ ਅਤੇ ਉਹਨਾਂ ਨੇ ਆਪਣੇ ਜੋ ਘੋੜੇ ਹਨ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਉਹਨਾਂ 'ਤੇ ਹੱਥ ਫੇਰਿਆ ਹੈ, ਸ਼ਾਬਾਸ਼ ਦਿੱਤੀ ਹੈ ਇੱਕ ਤਰ੍ਹਾਂ ਦੇ ਨਾਲ। ਜੋ ਚੁਸਤ ਚਲਾਕ ਵਧੇਰਾ ਲੱਗਦਾ ਹੈ ਕਿ ਉਹਨਾਂ ਦੇ ਘੋੜਿਆਂ ਦੀ ਜਿਹੜੀ ਚਾਲ ਸੀ ਉਹ ਆਪਣੇ ਮਾਲਕ ਦੇ ਮਨ ਦੀ ਮਰਜ਼ੀ ਨੂੰ ਸਮਝ ਰਹੀ ਸੀ, ਇਸ ਲਈ ਕਿਉਂਕਿ ਚੁਸਤ ਚਲਾਕ ਸਨ, ਬੜੇ ਸਮਝਦਾਰ ਬੁੱਧੀਮਾਨ ਘੋੜੇ ਲੱਗਦੇ ਸਨ ਜੋ ਆਪਣੇ ਮਾਲਕਾਂ ਦੀ ਮਨੋਸਥਿਤੀ ਨੂੰ ਵੇਖਦਿਆਂ ਹੋਇਆਂ ਇੰਨੀ ਤੇਜ਼ੀ ਦੇ ਨਾਲ ਉਹਨਾਂ ਨੂੰ ਮੰਜ਼ਿਲ ਵੱਲ ਨੂੰ ਵਧਾਉਂਦਿਆਂ ਹੋਇਆਂ ਆਪਣੇ ਮੰਜ਼ਿਲ 'ਤੇ ਪਹੁੰਚਾ ਦਿੱਤਾ ਸੀ। ਨਾਲ ਹਕਾਰਤ ਬਾਗ ਸੱਸੀ ਦੇ ਆਣ ਕੀਤੋ ਨੇ ਡੇਰਾ। ਫਿਰ ਕਵੀ ਕਹਿ ਰਿਹਾ ਹੈ ਕਿ ਉਹਨਾਂ ਨੇ ਬੜੀ ਹਕਾਰਤ ਦੇ ਨਾਲ ਪਰ ਬੜੇ ਗੁਮਾਨ ਦੇ ਨਾਲ ਸੱਸੀ ਦੇ ਬਾਗ ਦੇ ਵਿੱਚ ਆ ਕੇ ਉਹਨਾਂ ਨੇ ਆਪਣਾ ਡੇਰਾ ਲਾ ਲਿਆ, ਭਾਵ ਉੱਥੇ ਪੜਾਅ ਕੀਤਾ। ਹਾਸ਼ਮ ਛੱਡ ਦਿੱਤੋ ਨੇ ਸ਼ੁਤਰਾਂ ਚਰਨ ਅਰਾਕ ਚੁਫੇਰਾ ਅਤੇ ਉਹਨਾਂ ਕਾਫਲੇ ਵਾਲਿਆਂ ਨੇ ਆਪਣੇ ਸ਼ੁਤਰਾਂ ਨੂੰ ਭਾਵ ਊਠਾਂ ਨੂੰ ਜੋ ਹੈ ਉਸ ਬਾਗ ਦੇ ਵਿੱਚ ਚਰਨ ਦੇ ਲਈ ਖੁੱਲ੍ਹਾ ਛੱਡ ਦਿੱਤਾ ਅਤੇ ਉਹ ਊਠ ਜਿਹੜੇ ਸਨ ਕਿਉਂਕਿ ਉਹ ਆਉਂਦਿਆਂ ਸਾਰ ਹਰਿਆਵਲ ਨੂੰ ਵੇਖ ਕੇ ਬਾਗ ਦੇ ਵਿੱਚ ਉਹਨਾਂ ਨੇ ਬਾਗ ਚਰਨਾ ਸ਼ੁਰੂ ਕਰ ਦਿੱਤਾ, ਭਾਵ ਬਾਗ ਦੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ। ਚਾਰ ਸ਼ਫੇਰੇ ਜੋ ਹੈ ਉਹਨਾਂ ਨੇ ਤਬਾਹੀ ਮਚਾ ਦਿੱਤੀ। ਜਾਏ ਖੜ੍ਹੇ ਦਰਬਾਰ ਸੱਸੀ ਦੇ ਸ਼ੋਰ ਕੀਤਾ ਬਾਗਵਾਨਾਂ। ਜਦੋਂ ਤੜਕੇ ਉੱਠਦਿਆਂ ਸਾਰ ਬਾਗਵਾਨਾਂ ਨੇ ਭਾਵ ਮਾਲੀਆਂ ਨੇ ਉਸ ਬਾਗਦਿਆਂ ਨੇ ਰਾਖਿਆਂ ਨੇ ਜਦੋਂ ਵੇਖਿਆ ਕੀ ਵੇਖਿਆ ਕਿ ਸਾਰਾ ਬਾਗ ਜੋ ਹੈ ਉਹ ਵੀਰਾਨ ਹੋ ਰਿਹਾ ਹੈ, ਭਾਵ ਬਾਗ ਜੋ ਹੈ ਉਜਾੜ ਦਿੱਤਾ ਗਿਆ ਹੈ ਊਠਾਂ ਦੁਆਰਾ। ਜਾਏ ਖੜ੍ਹੇ ਦਰਬਾਰ ਸੱਸੀ ਦੇ, ਤੂੰ ਸਵੇਰੇ ਸਵੇਰੇ ਸੱਸੀ ਦੇ ਦਰਬਾਰ ਦੇ ਵਿੱਚ ਜਾ ਕੇ ਹਾਜ਼ਰ ਕੀਤੇ ਹੁੰਦੇ ਨੇ ਅਤੇ ਸ਼ੋਰ ਬੁਕਾਰ ਕੀਤੇ ਨੇ। ਬਾਗ ਹੋਇਆ ਬਾਗ ਵੀਰਾਨ ਹੋਇਆ ਕੁੱਲ ਸਾਰਾ ਚਾਰ ਲਿਆ ਕਰਵਾਉਣਾ। ਕੀ ਕਹਿ ਰਹੇ ਨੇ ਕਿ ਸਾਡਾ ਤਾਂ ਸਾਰਾ ਹੀ ਬਾਗ ਜੋ ਹੈ ਉੱਜੜ ਗਿਆ ਹੈ, ਵੀਰਾਨ ਹੋ ਗਿਆ ਹੈ। ਕਿਉਂ? ਕਿਉਂਕਿ ਕਰਵਾਨ ਜਿਹੜੇ ਨੇ ਰਾਤ ਜੋ ਕਾਫਿਲਾ ਉਤਰਿਆ ਹੈ ਉਹਨਾਂ ਵਪਾਰੀਆਂ ਨੇ ਆਪਣੇ ਊਠਾਂ ਨੂੰ ਉਹ ਸਾਰਾ ਹੀ ਬਾਗ ਜੋ ਹੈ ਉਹ ਚਰਾ ਦਿੱਤਾ ਹੈ। ਖੌਫ ਖੁਦਾਏ ਨਾ ਮਰਨੋਂ ਡਰਦੇ ਖਾਵਣ ਮਾਲ ਵਿਗਾਨਾ। ਅਤੇ ਨਾਲੇ ਉਹ ਕਹਿ ਰਹੇ ਨੇ ਕਿ ਉਹਨਾਂ ਦੇ ਦਿਲ ਦੇ ਵਿੱਚ ਖੌਫ ਭਾਵ ਡਰ ਜਾਂ ਭੈ
ਖੁਦਾ ਦਾ ਰੱਬ ਦਾ ਕੋਈ ਡਰ ਹੈ ਹੀ ਨਹੀਂ ਉਹਨਾਂ ਦਾ, ਉਹਨਾਂ ਨੂੰ ਜਾਣ ਪਿਆਰੀ ਨਹੀਂ ਹੈ ਕਿ ਖਾਵਣ ਮਾਲ ਬੇਗਾਨਾ, ਕਿ ਕਿਸ ਤਰ੍ਹਾਂ ਬਗਾਨੇ ਜੋ ਮਾਲ ਹੈ ਭਾਵ ਜੋ ਬਗਾਨਾ ਬਣਿਆ ਹੋਇਆ ਬਾਗ ਹੈ ਉਸਨੂੰ ਕਿਸ ਤਰ੍ਹਾਂ ਉਹ ਬਰਬਾਦ ਕਰ ਰਹੇ ਨੇ, ਉਹਨਾਂ ਨੂੰ ਮਾਲਕਾਂ ਦਾ ਤਾਂ ਡਰ ਦੂਰ ਦੀ ਗੱਲ ਹੈ, ਉਹਨਾਂ ਦੇ ਦਿਲ ਦੇ ਵਿੱਚ ਰੱਬ ਦਾ ਵੀ ਕੋਈ ਡਰ ਨਹੀਂ ਹੈ ਕਿ ਇਸ ਬਾਗ ਦੇ ਮਾਲਕਾਂ ਨੇ ਜਦੋਂ ਵੇਖਿਆ ਤਾਂ ਉਹ ਮੌਤ ਦੇ ਘਾਟ ਵੀ ਉਤਾਰ ਸਕਦੇ ਨੇ। ਹਾਸ਼ਮ ਸ਼ਹਿਰ ਪੰਬੋਰ ਬਿਰਾਜਾ ਜਾਣਿਓ ਨਹੀਂ ਸੁਲਤਾਨਾ। ਫਿਰ ਉਹ ਦੱਸ ਰਹੇ ਨੇ, ਮਨ ਹੀ ਮਨ ਨਾਲੇ ਸੋਚ ਵੀ ਰਹੇ ਅਤੇ ਆਪਣੇ ਮਨਾਂ ਦਾ ਮਨ ਦੀ ਗੱਲ ਦਾ ਇਜ਼ਹਾਰ ਸੱਸੀ ਦੇ ਦਰਬਾਰੀ ਜੁੜੇ ਨੇ ਦਰਬਾਰ ਦੇ ਵਿੱਚ ਜਾ ਕੇ ਉਹ ਮਾਲੀ ਕਰ ਰਹੇ ਨੇ ਕਿ ਹਾਸ਼ਮ ਸ਼ਹਿਰ ਪੰਬੋਰ ਬਿਰਾਜਾ, ਕਿ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਉਹ ਕਿੱਥੇ ਟਿਕਾਣੇ ਲਾਏ ਨੇ ਉਹਨਾਂ ਨੇ, ਸ਼ਹਿਰ ਪੰਬੋਰ ਦੇ ਵਿੱਚ ਆ ਕੇ ਉਹ ਬਿਰਾਜੇ ਨੇ, ਉਹਨਾਂ ਨੇ ਪੜਾ ਲਿਆ ਹੈ, ਜਾਣਿਓ ਨਹੀਂ ਸੁਲਤਾਨਾ। ਅਤੇ ਉਹ ਨਹੀਂ ਜਾਣਦੇ ਕਿ ਇਸ ਸ਼ਹਿਰ ਦੇ ਵਿੱਚ ਇੱਥੋਂ ਦੀ ਸੁਲਤਾਨਾ ਭਾਵ ਸੱਸੀ ਦਾ ਰਾਜ ਚੱਲਦਾ ਹੈ, ਸੱਸੀ ਕਿੰਨੀ ਸਖਤ ਹੈ, ਕਿਸ ਤਰ੍ਹਾਂ ਦੀ ਉਹਨਾਂ ਨੂੰ ਭਾਰੀ ਸਜ਼ਾ ਦੇਵੇਗੀ, ਕੀ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ। ਸੁਣ ਫਰਿਆਦ ਸੱਸੀ ਵਿੱਚ ਦਿਲ ਦੇ ਅਕਲ ਖਿਆਲ ਚੁਤਾਰੇ। ਅਤੇ ਦੂਜੇ ਪਾਸੇ ਉਹਨਾਂ ਜੋ ਫਰਿਆਦੀ ਸਨ ਭਾਵ ਜੋ ਬਾਗਵਾਨ ਸਨ, ਉਹਨਾਂ ਦੀ ਫਰਿਆਦ ਨੂੰ ਸੁਣ ਕੇ ਸੱਸੀ ਆਪਣੇ ਮਨ ਹੀ ਮਨ ਸੋਚ ਰਹੀ ਹੈ, ਅਕਲ ਖਿਆਲ ਚਿਤਾਰੇ, ਕਿ ਆਪਣੇ ਅਕਲ ਦੇ ਘੋੜੇ ਦੌੜਾ ਰਹੀ ਹੈ, ਮਨ ਹੀ ਮਨ ਵਿਚਾਰ ਕਰ ਰਹੀ ਹੈ, ਸੋਚ ਰਹੀ ਹੈ ਕਿ ਕੌਣ ਕਮੀਨੇ ਐਡ ਦਲੇਰੀ ਕਰਨ ਬਲੋਚ ਨਿਕਾਰੇ, ਕਿ ਕੌਣ ਐਡ ਕਮੀਨੇ ਹੋ ਸਕਦੇ ਹਨ ਜਿਨ੍ਹਾਂ ਦੇ ਵਿੱਚ ਇੰਨੀ ਦਲੇਰੀ ਆ ਗਈ ਹੈ, ਇੱਥੋਂ ਤੱਕ ਕਿ ਉਹਨਾਂ ਨੇ ਮੇਰੇ ਜੋ ਮਾਲੀ ਹਨ ਜਾਂ ਨੌਕਰ ਹਨ, ਸੇਵਾਦਾਰ ਹਨ ਜਾਂ ਬਾਗਵਾਨ ਜਿਹੜੇ ਬਲੋਚ ਹਨ, ਉਹਨਾਂ ਸਾਰਿਆਂ ਨੂੰ ਨਕਾਰੇ ਕਰ ਦਿੱਤਾ ਹੈ, ਭਾਵ ਉਹਨਾਂ ਦੇ ਅੱਗੇ ਅੜ ਰਹੇ ਹਨ ਅਤੇ ਧੱਕੇ ਨਾਲ ਬਾਗ ਚਰਾ ਰਹੇ ਹਨ। ਸ਼ਾਇਦ ਹੋਤ ਪੁੰਨੂ ਵਿੱਚ ਹੋ ਸੀ ਤਾਂ ਹੀ ਕਰਨ ਪਸਾਰੇ। ਫਿਰ ਉਹ ਅੰਤ ਜੋ ਹੈ ਸੋਚਦਿਆਂ ਸੋਚਦਿਆਂ ਇਸ ਜੋ ਹੈ ਵਿਚਾਰ ਦੇ ਉੱਤੇ ਪਹੁੰਚਦੀ ਹੈ ਕਿ ਸ਼ਾਇਦ ਇਸ ਕਾਫਿਲੇ ਦੇ ਵਿੱਚ ਪੁੰਨੂ ਹੋਤ ਜਿਹੜਾ ਹੈ ਉਹ ਖੁਦ ਆਇਆ ਹੋਵੇਗਾ, ਤਾਂ ਹੀ ਕਰਨ ਪਸਾਰੇ, ਤਾਂ ਹੀ ਜਿਹੜੇ ਇੰਨੀ ਉਹਨਾਂ ਦੀ ਚੜ੍ਹ ਮੱਚੀ ਹੋਈ ਹੈ, ਭਾਵ ਉਹ ਸਭ ਕੁਝ ਜਾਣਦਿਆਂ ਬੁੱਝਦਿਆਂ ਵੀ ਜਾਣ ਬੁੱਝ ਕੇ ਜੋ ਨੁਕਸਾਨ ਕਰ ਰਹੇ ਹਨ ਇਹ ਵਾਸਤਵ ਦੇ ਵਿੱਚ ਕੋਈ ਆਮ ਲੋਕ ਨਹੀਂ ਹਨ, ਜ਼ਰੂਰ ਇਸ ਕਾਫਲੇ ਦੇ ਵਿੱਚ ਪੁੰਨੂ ਆਇਆ ਹੋਵੇਗਾ। ਹਾਸ਼ਮ ਚਾਵਣ ਐਡ ਫਜ਼ੂਲੀ ਕੌਣ ਗਰੀਬ ਵਿਚਾਰੇ। ਇਸ ਤਰ੍ਹਾਂ ਸੱਸੀ ਸੋਚ ਰਹੀ ਹੈ, ਹਾਸ਼ਮ ਕਹਿ ਰਿਹਾ ਹੈ, ਹਾਸ਼ਮ ਨੇ ਲਿਖਿਆ ਹੈ ਕਿ ਸੱਸੀ ਮਨ ਹੀ ਮਨ ਸੋਚ ਰਹੀ ਹੈ ਕਿ ਚਾਵਣ ਐਡ ਫਜ਼ੂਲੀ ਕੌਣ ਗਰੀਬ ਵਿਚਾਰੇ, ਭਾਵ ਕੋਈ ਆਮ ਬੰਦਾ ਜਿਹੜਾ ਹੈ, ਕੋਈ ਮਾਤੜ ਬੰਦਾ ਜੋ ਗਰੀਬ ਬੰਦਾ ਹੈ ਉਹ ਕਦੇ ਵੀ ਇੰਨਾ ਵੱਡਾ ਧੱਕਾ ਨਹੀਂ ਕਰ ਸਕਦਾ। ਇੰਨੀ ਜੋ ਇਹਨਾਂ ਨੇ ਅੱਤ ਚੁੱਕੀ ਹੋਈ ਹੈ, ਇੰਨੇ ਫਜ਼ੂਲ ਦਾ ਤੰਗ ਕਰ ਰਹੇ ਹਨ, ਫਜ਼ੂਲ ਦੀ ਤਬਾਹੀ ਮਚਾ ਰਹੇ ਹਨ, ਇਹ ਆਮ ਕਾਫਿਲੇ ਵਾਲੇ ਜੋ ਵਪਾਰੀ ਹਨ ਉਹਨਾਂ ਦਾ ਕੰਮ ਨਹੀਂ ਹੈ, ਇਹ ਤਾਂ ਜ਼ਰੂਰ ਕੋਈ ਖਾਸ ਲੋਕ ਹਨ, ਔਰ ਖਾਸ ਦੇ ਵਿੱਚ ਖਾਸਮ ਖਾਸ ਜੋ ਪੁੰਨੂ ਹੈ ਉਹ ਜ਼ਰੂਰ ਹੋਵੇਗਾ, ਤਾਂ ਹੀ ਉਹ ਆਪਣੀਆਂ ਮਾਣਿਆਈਆਂ ਕਰ ਰਹੇ ਹਨ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸੱਸੀ ਜੋ ਹੈ ਉਹਨਾਂ ਦੇ ਨਾਜ ਨਖਰਿਆਂ ਨੂੰ ਬਰਦਾਸ਼ਤ ਕਰੇਗੀ, ਜਾਂ ਉਹਨਾਂ ਨੂੰ ਜੋ ਹੈ ਪੁੰਨੂ ਦੀ ਹੋਣ ਦੇ ਵਿੱਚ ਕਿਸੇ ਵੀ ਤਰ੍ਹਾਂ ਜੋ ਹੈ ਸੱਸੀ ਉਹਨਾਂ ਦੇ ਨਾਲ ਸਖਤੀ ਨਹੀਂ ਕਰ ਸਕੇਗੀ। ਇਸ ਤਰ੍ਹਾਂ ਅੰਤ ਦੇ ਵਿੱਚ ਜੋ ਹੈ, ਕਿਉਂਕਿ ਵੀਡੀਓ ਕਾਫੀ ਲੰਬੀਆਂ ਹਨ ਬਣਨਗੀਆਂ, 5-7 ਜੋ ਵੀਡੀਓ ਇਸ
ਜੋ ਹਾਸ਼ਿਮ ਸ਼ਾਹ ਦਾ ਕਿੱਸਾ ਸੱਸੀ ਪੁੰਨੂ ਹੈ, ਇਸ ਦੀਆਂ ਬਣਾਉਣੀਆਂ ਪੈ ਰਹੀਆਂ ਹਨ, ਕਿਉਂਕਿ ਇਹ ਕਵਿਤਾ ਜੋ ਹੈ ਬੇਹੱਦ ਲੰਬਾ ਕਿੱਸਾ ਹੈ, ਇਸ ਲਈ ਇਸ ਨੂੰ ਵੱਖ ਵੱਖ ਭਾਗਾਂ ਦੇ ਵਿੱਚ ਵੰਡ ਕੇ ਕੰਪਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਮੀਦ ਹੈ ਕਿ ਤੁਸੀਂ ਇਸ ਨੂੰ ਬਹੁਤ ਧਿਆਨ ਨਾਲ ਸੁਣ ਵੀ ਰਹੇ ਹੋ, ਔਰ ਆਪਣੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਦੇ ਰਹਿਣਾ, ਤਾਂ ਜੋ ਇਸ ਤੋਂ ਵੀ ਚੰਗੇ ਢੰਗ ਦੇ ਨਾਲ ਕਰਵਾਇਆ ਜਾ ਸਕੇ, ਜਾਂ ਹੋਰ ਵੀ ਜੋ ਮਨ ਦੇ ਵਿੱਚ ਪ੍ਰਸ਼ਨ ਹੁੰਦੇ ਹਨ ਵਿਦਿਆਰਥੀਆਂ ਦੇ ਕਿਸੇ ਵੀ ਜੋ ਲੈਸਨ ਦੇ ਬਾਰੇ, ਅਤੇ ਉਸ ਬਾਰੇ ਵੀ ਤੁਸੀਂ ਚਰਚਾ ਕਰ ਸਕਦੇ ਹੋ। ਔਰ ਤੁਸੀਂ ਇਹਨਾਂ ਵੀਡੀਓਜ਼ ਨੂੰ, ਇਸ ਚੈਨਲ ਨੂੰ ਅੱਗੇ ਹੋਰ ਵਿਦਿਆਰਥੀਆਂ ਤੱਕ ਸ਼ੇਅਰ ਵੀ ਕਰੋ, ਸਬਸਕ੍ਰਾਈਬ ਵੀ ਕਰੋ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਲਾਹਾ ਲੈ ਸਕਣ। ਧੰਨਵਾਦ।